ਵਲੌਗ ਸਟਾਰਟ ਕਰਨ ਤੋਂ ਪਹਿਲਾਂ ਇੱਕ ਚੀਜ਼ ਜ਼ਰੂਰ ਦੱਸ ਕੇ ਜਾਇਓ ਕਮੈਂਟ ਬਾਕਸ 'ਚ ਕਿ ਜਿਹੜੇ ਮੇਰੇ ਬੱਸ ਟ੍ਰਿਪ ਦੇ ਅਗਲੇ ਵਲੌਗ ਆਉਣੇ ਆ ਉਹ ਮੈਂ ਹਿੰਦੀ 'ਚ ਬਣਾਵਾਂ ਕਿ ਪੰਜਾਬੀ 'ਚ। ਮੈਂ ਬਹੁਤ ਕਨਫਿਊਜ਼ ਹਾਂ ਇਸ ਚੀਜ਼ ਨੂੰ ਲੈ ਕੇ, ਕਿਉਂਕਿ ਯਾਰ ਜੇ ਇੱਕ ਹਿਸਾਬ ਨਾਲ ਵੇਖਾਂ ਵੀ ਹਿੰਦੀ ਵਲੌਗ ਮੇਰੇ ਚੱਲਣ ਦੇ ਚਾਂਸ ਜ਼ਿਆਦਾ ਹੋਣਗੇ, ਵੀ ਵਾਇਰਲ ਹੋਣ ਦੇ ਚਾਂਸ ਜ਼ਿਆਦਾ ਬਣ ਸਕਦੇ ਆ, ਅਤੇ ਦੂਜੇ ਪਾਸੇ ਵੇਖਾਂ ਤਾਂ ਮੇਰਾ ਪੰਜਾਬੀ 'ਚ ਫਲੋ ਹੈ ਹਿੰਦੀ 'ਚ ਫਲੋ ਹੀ ਹੈ ਨਹੀਂ। ਦੋਵੇਂ ਚੀਜ਼ਾਂ ਮਤਲਬ ਸਾਹਮਣੇ ਆ ਰਹੀਆਂ, ਕਨਫਿਊਜ਼ ਬਹੁਤ ਹੋਈ ਹੈ ਨਾ। ਤੁਸੀਂ ਕਮੈਂਟ ਕਰਕੇ ਜਾਇਓ, ਫਿਰ ਵੋਟਾਂ ਦੇ ਹਿਸਾਬ ਨਾਲ ਵੇਖਦੇ ਹਾਂ ਕੀ ਕਰਨਾ ਹੈ। ਕਮੈਂਟ ਬਾਕਸ 'ਚ ਜ਼ਰੂਰ ਲਿਖਿਓ ਹਿੰਦੀ ਜਾਂ ਪੰਜਾਬੀ, ਜ਼ਿਆਦਾ ਕੁਛ ਨਹੀਂ ਲਿਖਣਾ, ਹਿੰਦੀ ਪੰਜਾਬੀ ਜਿਹੜੇ ਤਾਂ ਚਾਹਵਾਨ ਹੈਗੇ ਆ ਉਹ ਜ਼ਰੂਰ ਲਿਖ ਕੇ ਜਾਇਓ, ਬਾਕੀਆਂ ਨੂੰ ਮੈਂ ਕੁਛ ਕਹਿਣਾ ਨਹੀਂ ਚਾਹੁੰਦਾ। ਸੋ ਕਰੋ ਵਲੌਗ ਇੰਜੋਏ। ਹੇ ਗਾਇਸ, ਗੁੱਡ ਮਾਰਨਿੰਗ, ਵੈਲਕਮ ਬੈਕ ਟੂ ਮਾਈ ਚੈਨਲ, ਨਵਾਂ ਦਿਨ ਨਵੀਂ ਸ਼ੁਰੂਆਤ ਤੁਹਾਡੇ ਨਾਲ ਅਤੇ ਹਾਜ਼ਰਾਂ ਨਵੇਂ ਵਲੌਗ ਦੇ ਨਾਲ। ਹੋਪਫੁਲੀ ਸਾਰੇ ਠੀਕ ਠਾਕ ਹੋਣਗੇ ਅਤੇ ਆਪਾਂ ਵੀ ਪੂਰੇ ਘੈਂਟ ਭਾਜੀ ਟਿਪ ਟੋਪ। ਅਤੇ ਅੱਜ ਦਾ ਪਹਿਲਾ ਕੰਮ ਆਪਣਾ ਕਰੋਨਾ ਟੈਸਟ ਹੋਣਾ, ਜਿਹੜੀ ਬੱਸ ਜਾਣੀ ਹੈ ਨਾ, ਹੁਣ ਬੱਸ ਉਹ ਵੀ ਨਜ਼ਦੀਕ ਹੈ, ਨੇੜੇ ਹੀ ਹੈ, ਥੋੜ੍ਹੇ ਦਿਨਾਂ ਨੂੰ ਬਸ ਤੁਹਾਨੂੰ ਪਤਾ ਲੱਗ ਜਾਣਾ ਕਿੱਥੇ ਜਾਣੀ ਕਿੱਥੇ ਨਹੀਂ। ਉਹਦੇ ਵਾਸਤੇ ਕਰੋਨਾ ਰਿਪੋਰਟ ਨੈਗੇਟਿਵ ਚਾਹੀਦੀ, ਤਾਂ ਕਰਕੇ ਸਾਡੇ ਵਾਲੇ ਨੇ, ਸਾਡੇ ਵਾਲੇ ਹਰੇਕ ਕੰਮ 'ਚ ਸ਼ੇਅਰ ਹੁੰਦੇ ਪਤਾ ਤੁਹਾਨੂੰ, ਅਤੇ ਉਹਨਾਂ ਨੇ ਫਿਰ ਕਰੋਨਾ ਵਾਲਿਆਂ ਨੂੰ ਇੱਥੇ ਹੀ ਬੁਲਾ ਲਿਆ, ਕਹਿੰਦੇ ਜਿਹੜੇ ਬੱਸ ਵਾਲਿਆਂ ਦੀ ਕਰੋਨਾ ਰਿਪੋਰਟ ਚਾਹੀਦੀ ਹੈ ਉਹਨਾਂ ਦਾ ਅਸੀਂ ਚੱਕ ਲਈਏ ਬੇੜਾ, ਹੈ ਨਾ। ਅਤੇ ਇੱਥੇ ਸਾਰਿਆਂ ਦਾ ਹੋਣਾ, ਬੱਸ ਵਾਲਿਆਂ ਦਾ, ਆਪਾਂ ਚਾਹ ਪੀ ਕੇ ਚੱਲਦੇ ਹਾਂ, ਫਿਰ ਕਰੋਨਾ ਰਿਪੋਰਟ ਨੈਗੇਟਿਵ ਚਾਹੀਦੀ ਹੈ। ਟੈਸਟ ਕਰਾ ਕੇ ਆਪਾਂ ਆ ਗਏ ਤਿੰਨੇ ਜਣੇ, ਮੋਹਣੇ ਨੇ ਵੀ ਕਰਾਇਆ, ਵੈਸੇ ਤਾਂ ਬੱਸ ਵਾਲੇ ਤਾਂ ਹੋ ਜਾਂਦੇ, ਪਰ ਕਿੱਟ ਥੋੜ੍ਹੀ ਐਕਸਟਰਾ ਸੀਗੀ ਤਾਂ ਮੋਹਣੇ ਦਾ ਵੀ ਹੋ ਗਿਆ। ਅਤੇ ਫਸਟ ਐਕਸਪੀਰੀਅੰਸ ਵਧੀਆ ਰਿਹਾ। ਚਲੋ ਭਾਜੀ, ਤੁਹਾਡਾ ਫਸਟ ਐਕਸਪੀਰੀਅੰਸ ਕਿਵੇਂ ਰਿਹਾ? ਇਹਨੂੰ ਨਿੱਛਾ ਆ ਗਈਆਂ, ਤੁਹਾਨੂੰ ਨਿੱਛਾ ਆ ਗਈਆਂ, ਮੈਨੂੰ ਵੀ ਨਿੱਛਾ ਆ ਗਈ ਸੀ, ਜਿਵੇਂ ਕਿ ਤੁਸੀਂ ਪਿੱਛੇ ਵੇਖੀ, ਮੈਨੂੰ ਨਹੀਂ ਆਈ, ਮੈਨੂੰ ਨਹੀਂ ਆਈ। ਅਸੀਂ ਤਾਂ ਹੋਊਗਾ ਹੀ ਸਮਝਦੇ, ਕਰੋਨਾ ਟੈਸਟ ਹੋਊਗਾ, ਜੇ ਹੋਊਗਾ ਵੋ ਹੋਊਗਾ, ਪਰ ਚਲੋ ਵਧੀਆ, ਬਸ ਹੁਣ ਪੋਜ਼ਿਟਿਵ ਆ ਜੇ ਰਿਪੋਰਟ ਤਾਂ ਹੀ ਜਾਵਾਂਗੇ, ਐਵੇਂ ਜਾਇਆ ਨਹੀਂ ਜਾਣਾ। ਨੈਗੇਟਿਵ ਆ ਜੇ ਭਰਾਵਾ, ਓ ਨੈਗੇਟਿਵ ਆ ਜੇ ਰਿਪੋਰਟ, ਸੱਚ ਪਹੁੰਚੇ ਭਾਜੀ ਕਸਟਮ ਮਾਸਟਰ ਕਰਨ ਚੰਦ ਤੇ। ਪਾਣੀ ਦੀ ਸੇਵਾ ਤਾਂ ਇੱਥੇ ਦੜਾ ਦੜ ਚੱਲਦੀ ਹੈ, ਫਰੀ ਦਾ ਪਾਣੀ। ਹਾਂਜੀ ਭਾਜੀ, ਪਾਣੀ ਪੀ ਲਓ, ਤੁਸੀਂ ਨਹੀਂ ਪਾਣੀ ਪੀਣਾ? ਲਓ ਜੀ, ਵਾਰੀ ਆ ਗਈ ਬੂਟਾਂ ਦੀ, ਜਿਹੜੇ ਪੈਸੇ ਲੈਣੀ ਕਹਿੰਦੇ ਬੂਟ ਮਾਸਟਰ ਕਰਨ ਜਾਂਦੀ, ਕਹਿੰਦੇ ਬੂਟ ਲੈ ਲਓ। ਸੋ ਭਾਈ ਯਾਰ, ਕਿਉਂ ਯਾਰ, ਕਮਾਲ ਦੀ ਗੱਲ ਹੈ, ਤੁਸੀਂ ਆਪਦੀ ਹਰਕਤਾਂ ਵਿਖਾਉਂਦੇ ਹੋ ਕੈਂਪ ਵਾਲੀਆਂ, ਫਿਰ ਅੱਛਾ ਗੋਲ ਵੀ ਇੱਥੇ ਹੋ ਜਾਂਦਾ। ਲਓ ਜੀ ਬੂਟ ਚੈੱਕ ਕਰੋ, ਸਸਤੇ ਮਾਡਲ ਆ ਬੈਗਾਂ ਦੇ, ਬਹਿ ਜਾ ਬਾਜ਼ਾਰ ਕੰਮ ਨਿਬੇੜ ਕੇ ਆਉਂਦੇ, ਅਤੇ ਹੁਣ ਆਪਾਂ ਫਿਰ ਬਾਜ਼ਾਰ ਹੀ ਜਾਣਾ, ਅੱਜ ਕੰਮ ਵਾਹਵਾ ਹੈਗੇ ਆ, ਸੋ ਕਰ ਹੀ ਜਾਣੇ ਆ, ਕਰਨੇ ਪੈਣੇ, ਨਾਲੇ ਵਲੌਗ ਬਣਾਈ ਜਾਂਦੇ ਹਾਂ। ਹੁਣ ਆਪਾਂ ਜਾਣਾ ਕੈਂਚੀ ਲਵਾਉਣ, ਕੈਂਚੀ ਲਵਾਉਣ, ਚਲੋ ਚੱਲਦੇ ਹਾਂ। ਹੋਰ ਕੰਮ ਹੁਣ ਗੱਤਾ ਵੇਚੀਏ, ਗੱਤਾ ਵੇਚ ਕੇ ਦਿਹਾੜੀ ਦੁੜੀ ਬਣਾਈਏ, ਫਿਰ ਜੋ ਕੁਛ ਲੈਣਾ ਹੋਇਆ ਲੈ ਲਾਂਗੇ ਨਾ। ਚੱਪਲਾਂ ਚਾਹੀਦੀਆਂ, ਟੀ ਸ਼ਰਟ ਦਾ ਕੱਚਾ ਪੱਕਾ ਹੈ, ਚੱਪਲਾਂ ਤਾਂ ਚਾਹੀਦੀਆਂ ਚਾਹੀਦੀਆਂ, ਵੇਖਦੇ ਹਾਂ ਕੀ ਲੈਣਾ। ਇੱਕ ਵਾਰੀ ਗੱਤਾ ਵੇਚੀ, ਗੱਤੇ ਦਾ ਰੇਟ ਲਵਾਈਏ ਕਿੰਨਾ ਕੁ ਲੱਗਦਾ, ਚੱਲਦੇ ਹਾਂ ਆਪਾਂ। ਗੱਤੇ ਵਾਲਾ ਕੰਮ ਆਪਣਾ ਹੋਇਆ ਨਹੀਂ, ਆਪਾਂ ਦੋ ਤਿੰਨ ਵਾਰੀ ਦੁਕਾਨ 'ਤੇ ਜਾ ਕੇ ਆਏ, ਪਰ ਦੁਕਾਨ ਬੰਦ ਸੀ, ਸੋਚਿਆ ਪਹਿਲਾਂ ਕਟਿੰਗ ਹੀ ਕਰਾ ਲਈਏ, ਅਤੇ ਕਟਿੰਗ ਕਰਾਉਣ ਆਏ ਆਪਾਂ। ਹਾਂਜੀ ਆਪਣੀ ਕਟਿੰਗ ਹੋ ਗਈ ਡਨ, ਅਤੇ ਰਿਧੂ ਵੀਰ ਬੈਠੇ ਆ। ਸੋ ਚਲੋ ਓਕੇ ਭਾਜੀ, ਆਪਾਂ ਚਲੀਏ ਫਿਰ, ਇਹਦੀ ਕੱਲ੍ਹ ਵਾਰੀ ਲੱਗੂਗੀ, ਇਹਨੂੰ ਘਰੋਂ ਫੋਨ ਆ ਗਿਆ। ਹੋ ਗਈ ਸ਼ਾਮ, ਤੇ ਨਹਾ ਧੋ ਲਿਆ, ਗੱਤੇ ਵਾਲਾ ਕੰਮ ਆਪਣਾ ਕੱਲ੍ਹ ਤੇ ਗਿਆ, ਕਿਉਂਕਿ ਉਹ ਜਿਹੜੇ ਬੰਦੇ ਕੋਲ ਆਪਾਂ ਦੇਣਾ ਹੈ, ਪਹਿਲਾਂ ਤਾਂ ਮੈਨੂੰ ਕਹੀ ਗਿਆ ਵੀ ਮੈਂ ਦਸ ਪੰਦਰਾਂ ਮਿੰਟ ਤੱਕ ਆ ਗਿਆ, ਫਿਰ ਐਂਡ ਫੈਂਡ ਕਹਿੰਦਾ ਵੀ ਮੈਂ ਕੱਲ੍ਹ ਹੀ ਆਊਂਗਾ, ਮੈਂ ਬਾਹਰ ਹਾਂ, ਵੀ ਤੂੰ ਪਹਿਲਾਂ ਹੀ ਕਹਿ ਦੇ ਮੈਂ ਬਾਹਰ ਹੈਗਾ, ਵੀ ਕੱਲ੍ਹ ਹੀ ਆ ਜੀ। ਸੋ ਕੱਲ੍ਹ ਤੇ ਗਿਆ ਕੰਮ, ਅਤੇ ਅੱਜ ਆਪਾਂ ਤੁਹਾਨੂੰ ਹੁਣ ਲੈ ਕੇ ਚੱਲੀਏ ਬਾਹਰ, ਬਾਹਰ ਸੁਖਬੀਰ ਬਾਦਲ ਆਇਆ, ਤੁਹਾਨੂੰ ਉਹ ਵਿਖਾਈਏ ਮਾੜਾ ਮੋਟਾ, ਅੱਧਾ ਪੌਣਾ ਮਿੰਟ ਕੱਢੀਏ ਵਲੋਗ ਦਾ। ਕੀ ਕਰੀ ਜਾਂਦੇ ਸ਼ਾਮ ਤੋਂ ਬਾਅਦ ਪਹੁੰਚੇ ਹਾਂ, ਗੋਲ ਗੱਪਿਆਂ ਦੇ ਦੁਆਲੇ ਹੋਏ ਹਾਂ, ਬੜੇ ਬੋਰ ਹੋਈ ਜਾਂਦੇ ਸੀ ਅੱਜ ਸ਼ਾਮੀ ਯਾਰ, ਸੋ ਗੋਲ ਗੱਪੇ ਖਾਣ ਆਏ ਹਾਂ, ਥੋੜੇ ਕਰਾਰੇ ਬਣਾ ਦੀ ਭਈਆ, ਸਿਰਾ ਕਰਾ ਦੀ, ਜਾਣ ਤੋਂ ਪਹਿਲਾਂ ਕੋਈ ਦਿੱਕਤ ਦਾ ਚੈਲੰਜ ਕਰ ਦਈਏ, ਸੋਚਦੇ ਹਾਂ ਸੋਚਦੇ ਹਾਂ। ਹਾਂਜੀ
ਗੋਲ ਗੱਪੇ ਖਾ ਕੇ ਆ ਗਏ ਸੀ। ਅੱਜ ਦਾ ਦਿਨ ਬੜਾ ਬੋਰਿੰਗ ਹੈ ਯਾਰ, ਸ਼ਾਮ ਵੇਲੇ ਬੜਾ ਬੋਰਿੰਗ ਹੋ ਗਿਆ। ਪਤਾ ਨੀ ਰੋਜ਼ ਹੀ ਹੋ ਜਾਂਦਾ ਸਾਡਾ ਤਾਂ, ਕਿਤੇ ਜਾਈਏ ਆਈਏ ਫਿਰ ਸਹੀ ਰਹਿੰਦਾ। ਰੋਟੀ 'ਚ ਚਾਵਲ ਬਣੇ ਆ ਉਹਨੂੰ ਖਾਂਦੇ ਆ, ਉਸ ਤੋਂ ਬਾਅਦ ਫਿਰ ਪਾਰਕ। ਹੇ ਗਾਇਜ਼, ਗੁੱਡ ਮਾਰਨਿੰਗ, ਮੋਰਨਿੰਗ 7:30। ਕੱਲ੍ਹ ਦਾ ਵਲੋਗ ਤਾਂ ਬਸ, ਕੱਲ੍ਹ ਦਾ ਦਿਨ ਹੀ ਬੜਾ ਬੋਰਿੰਗ ਸੀ, ਦਿਨ ਕੱਢਣਾ ਹੀ ਔਖਾ ਹੋਇਆ ਪਿਆ ਸੀ। ਵਲੋਗ ਤਾਂ ਚਲੋ ਬਹੁਤ ਦੂਰ ਦੀ ਗੱਲ ਹੈ ਨਾ, ਜੋ ਲਾਈਫ 'ਚ ਬੀਤੂਗਾ ਉਹੀ ਵਲੋਗ 'ਚ ਪਾਉਣਾ ਜੀ, ਜੋ ਲਾਈਫ 'ਚ ਬੀਤਿਆ ਹੀ ਨਾ ਉਹ ਵਲੋਗ 'ਚ ਕਿਵੇਂ ਪਾ ਦਾਂਗੇ, ਹੈ ਨਾ। ਸੋ ਦਿਨ ਕੱਢਣਾ, ਕੱਲ੍ਹ ਦਿਨ ਕੱਢਣਾ ਬਹੁਤ ਔਖਾ ਹੋ ਗਿਆ ਸੀ, ਇੰਨਾ ਬੋਰਿੰਗ ਸੀ ਨਾ ਦਿਨ। ਓਏ ਹੋਏ ਹੋਏ ਹੋਏ, ਮਹੀਨੇ ਦੋ ਮਹੀਨੇ ਤੱਕ ਤਾਂ ਨਹੀਂ ਆਇਆ ਸੀਗਾ ਕੋਈ ਦਿਨ, ਇਹ ਨਵਾਂ ਹੀ ਦਿਨ ਸੀ ਕੋਈ ਜਿਹੜਾ ਬੋਰਿੰਗ ਇੰਨਾ ਹੋਇਆ ਸੀ। ਫਿਰ ਵੀ ਵਲੋਗ ਤਾਂ ਚਲੋ ਆਪਾਂ ਫਿਰ ਜ਼ਿਆਦਾ ਖਿੱਚਣਾ ਨਹੀਂ ਸੀ, ਜਿੰਨਾ ਕੁ ਖਿੱਚਿਆ ਗਿਆ ਠੀਕ ਹੈ, ਕਰਦੇ ਹਾਂ ਵਲੋਗ ਤਾਂ ਐਂਡ। ਮਿਲਦੇ ਹਾਂ ਨੈਕਸਟ ਵਲੋਗ ਦੇ ਵਿੱਚ, ਉਮੀਦ ਹੈ ਵਲੋਗ ਪਸੰਦ ਆਏਗਾ। ਪਸੰਦ ਆਏ ਤਾਂ ਲਾਈਕ ਕਰ ਦਿਓ, ਨਵੇਂ ਤਾਂ ਸਬਸਕ੍ਰਾਈਬ ਕਰ ਦਿਓ। ਓਕੇ, ਬਾਏ ਬਾਏ। ਮਸਤ ਕਰਮ ਚੰਦ ਤੇ ਜਦੋਂ ਨੇ ਵੇਚਣੀਆਂ ਕਿਤਾਬਾਂ, ਕਹਿੰਦੇ ਮੈਨੂੰ ਪੈਸੇ ਚਾਹੀਦੇ ਆ ਬਸ ਤੇ ਜਾਣ ਵਾਸਤੇ, ਕਹਿੰਦਾ ਬੂਟ ਲੈਣੇ ਆ ਮੈਂ, ਪੈਸੇ ਚਾਹੀਦੇ ਆ। ਨਾ ਜੀ ਨਾ, ਇਹ ਤਾਂ ਪਊਗੀ ਵਿੱਚ। ਕੀ ਬੰਦਾ ਇਹਨਾਂ ਨੂੰ ਕਵੇ ਯਾਰ।